दोस्ती ਦਾ ਮੁਖਬੰਧ। ਮਨੁੱਖੀ ਸੁਭਾਅ ਬੜਾ ਵਿਚਿੱਤਰ ਹੈ। ਹਰ ਮਨੁੱਖ ਦਾ ਵੱਖਰਾ ਚਰਿੱਤਰ ਹੈ। ਚਰਿੱਤਰ ਦਾ ਇੱਕ ਅੰਗ ਦੋਸਤੀ ਹੈ। ਦੋਸਤੀ ਹਮੇਸ਼ਾ ਕਮਾਈ ਜਾਂਦੀ ਹੈ। ਇਸੇ ਲਈ ਇਸ ਕਮਾਈ ਤੇ ਮਾਣ ਕੀਤਾ ਜਾ ਸਕਦਾ ਹੈ। ਸ਼ਿਵ ਮੇਰਾ ਦੋਸਤੀ, ਪਰ ਇਹ ਰਿਸ਼ਤਾ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਿੰਨਾ ਵਕਤ ਲੱਗਾ ਅਤੇ ਉਸ ਅਰਸੇ ਦੌਰਾਨ ਮੈਂ ਕਿੰਨਾ ਹਾਲਾਤਾਂ 'ਚ ਗੁਜ਼ਰਿਆ। ਬੜੀ ਦਿਲਚਸਪ ਦਾਸਤਾਨ ਹੈ, ਘੱਟੋ ਘੱਟ ਮੇਰੇ ਲਈ ਤਾਂ ਬਹੁਤ ਦਿਲਚਸਪ ਹੈ। ਮੇਰੀ ਬਹੁਤ ਵੱਡੀ ਕਮਜ਼ੋਰੀ ਸਮਝੋ ਕਿ ਵਾਕਫੀ ਪੈਦਾ ਕਰਨ ਵਿੱਚ ਪਹਿਲ ਕਦੇ ਨਹੀਂ ਕਰ ਸਕਦਾ ਮੈਂ। ਮੈਂ ਕਿਸੇ ਨੂੰ ਕਿੰਨਾ ਵੀ ਕਿਉਂ ਨਾ ਚਾਹੁੰਦਾ ਹੋਵਾਂ, ਉਹਦਾ ਸਾਥ ਮੰਨਣ ਨੂੰ ਮੇਰਾ ਕਿੰਨਾ ਵੀ ਜੀ ਕਿਉਂ ਨਾ ਕਰਦਾ ਹੋਵੇ, ਮੈਂ ਹਮੇਸ਼ਾ ਸਹੀ ਮੌਸਮ ਦੀ ਉਡੀਕ ਵਿੱਚ ਰਹਿੰਦਾ। ਇਸ ਪੱਕੋਂ ਮੈਂ ਨਿਹਾਇਤ ਸੁਸਤ ਕਿਸਮ ਦਾ ਬੰਦਾ। ਦੂਜਿਆਂ ਦੀ ਇੱਛਾ ਜਾਣੇ ਬਗੈਰ ਮੈਂ ਕਦੇ ਵੀ ਉਸ ਨਾਲ ਖੁੱਲ੍ਹ ਨਹੀਂ ਸਕਦਾ। ਕੁਝ ਲੋਕ ਪਹਿਲੀ ਹੀ ਮੁਲਾਕਾਤ ਵਿੱਚ ਦੋਸਤੀ ਕਾਇਮ ਕਰ ਲੈਂਦੇ ਹਨ, ਪਰ ਮੇਰਾ ਖਿਆਲ ਹੈ ਕਿ ਦੋਸਤੀ ਜਿੰਨਾ ਜ਼ਿਆਦਾ ਸਮਾਂ ਪੱਕਦੀ ਰਹੇਗੀ ਓਨੀ ਹੀ ਦੇਰ ਪਾ ਹੁੰਦੀ ਹੈ। ਸਾਰੇ ਖਦਸ਼ੇ ਅਤੇ ਅੰਦੇਸ਼ੇ ਉਸ ਪਹਿਲੀ ਹੀ ਹੰਢਾ ਲੈਂਦੀ ਹੈ। ਇਹੋ ਜਿਹੀ ਦੋਸਤੀ ਨਿਰਪੈ ਹੋ ਕੇ ਨਿਰਵਿਘਨ ਨਿਭਦੀ ਹੈ। ਹਰ ਕਦਮ ਫੂਕ ਫੂਕ ਕੇ ਨਹੀਂ ਧਰਨਾ ਪੈਂਦਾ। 1962 ਤੋਂ 1967 ਤੱਕ ਦੇ ਅਰਸੇ ਨੂੰ ਮੈਂ ਦੋਸਤੀ ਦੇ ਪੱਕਣ ਦਾ ਸਮਾਂ ਕਹਿੰਦਾ, ਆਪਣੀ ਦੋਸਤੀ ਦਾ ਮੁੱਖ ਬੰਦ। ਅੱਜ ਮੈਨੂੰ ਪਤਾ ਹੈ ਕਿ 1962 ਤੱਕ ਸ਼ਿਵ ਦੀਆਂ ਦੋ ਕਿਤਾਬਾਂ ਛਪ ਚੁੱਕੀਆਂ ਸਨ, ਪੀੜਾਂ ਦਾ ਪਰਾਗਾ ਅਤੇ ਲਾਜਵੰਤੀ। ਪੰਜਾਬੀ ਦਾ ਹਰ ਵੱਡਾ ਪਰਚਾ ਉਸਨੂੰ ਛਾਪਣ ਵਿੱਚ ਵਡਿਆਈ ਸਮਝਦਾ ਸੀ। ਸਟੇਜਾਂ ਲੁੱਟਣ ਦਾ ਦੌਰ ਕਦੋਂ ਦਾ ਸ਼ੁਰੂ ਹੋ ਚੁੱਕਿਆ ਸੀ, ਪਰ ਮੈਂ ਉਦੋਂ ਤੱਕ ਸ਼ਿਵ ਦਾ ਨਾਂ ਵੀ ਨਹੀਂ ਸੀ ਸੁਣਿਆ ਹੋਇਆ। ਇੱਕ ਸਾਲ ਪਹਿਲਾਂ ਹੀ ਮੈਂ 10ਵੀਂ ਪਾਸ ਕੀਤੀ ਅਤੇ ਕੋਰਸ ਵਿੱਚ ਪੜ੍ਹੇ ਕਵੀਆਂ ਤੋਂ ਇਲਾਵਾ ਕਿਸੇ ਨਵੇਂ ਕਵੀ ਦਾ ਮੈਨੂੰ ਪਤਾ ਨਹੀਂ ਸੀ। ਪੁਰਾਣੇ ਕਿੱਸਿਆਂ ਤੋਂ ਇਲਾਵਾ ਸਿਰਫ 3 ਕਿਤਾਬਾਂ ਪੜ੍ਹੀਆਂ ਸਨ, ਮੋਹਨ ਸਿੰਘ ਦੀ ਸਾਵੇਂ ਪੱਤਰ, ਬਿਸ਼ਨ ਸਿੰਘ ਉਪਾਸ਼ਕ ਦੀ ਖੂਨੀ ਦੀਵਾਰ ਅਤੇ ਤੇਜਾ ਸਿੰਘ ਸਾਬਰ ਦੀ ਦੱਬੇ ਭਾਂਬੜ। ਸਿਰਫ 3 ਸਾਲਿਆਂ ਦਾ ਹੀ ਪਤਾ ਸੀ, ਬਟਾਲੇ ਤੋਂ ਅਟਲ, ਜਲੰਧਰ ਤੋਂ ਗੁਰੂ ਵਿੱਦਿਆ ਅਤੇ ਅੰਮ੍ਰਿਤਸਰ ਤੋਂ ਫਿਲਮੀ ਕਲੀਆਂ। ਹੋਰ ਕਿਸੇ ਅਖਬਾਰ ਸਾਲੇ ਜਾਂ ਕਿਤਾਬ ਦੀ ਮੇਰੇ ਲਈ ਹੋਂਦ ਨਹੀਂ ਸੀ। ਫਿਰ ਵੀ ਮੈਂ ਖੁਦ ਨੂੰ ਕਵੀ ਸਮਝਦਾ ਸਾਂ। ਚੀਨ ਨਾਲ ਲੜਾਈ ਸ਼ੁਰੂ ਹੋ ਚੁੱਕੀ ਸੀ ਅਤੇ ਮੈਂ ਧੜਾਧੜ ਦੇਸ਼ ਭਗਤੀ ਦੀਆਂ ਨਜ਼ਮਾਂ ਲਿਖ ਰਿਹਾ ਸਾਂ, ਆਕਾਸ਼ਵਾਣੀ ਦੇ ਜੰਗੀ ਕਵੀ ਦਰਬਾਰਾਂ ਤੋਂ ਪ੍ਰਭਾਵਿਤ ਹੋ ਕੇ। ਮੇਰੇ ਪਿੰਡ ਮੇਰੇ ਤੋਂ ਇੱਕ ਬਹੁਤ ਸੀਨੀਅਰ ਕਵੀ ਰਹਿੰਦਾ ਸੀ, ਜੋ ਕਿ ਪਿਛਲੇ 1 ਦਹਾਕੇ ਤੋਂ ਗਿਆਨੀ ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ। ਕਦੀ ਉਹ ਫੇਲ ਹੋ ਜਾਂਦਾ ਸੀ, ਕਦੇ ਪੇਪਰ ਛੱਡ ਦਿੰਦਾ ਸੀ, ਪਰ ਦਿਲ ਨਹੀਂ ਸੀ ਛੱਡ ਰਿਹਾ। ਸਿਦਕ ਦਿਲੀ ਨਾਲ ਇਮਤਿਹਾਨ ਦੀ ਤਿਆਰੀ ਕਰਦਾ ਸੀ ਅਤੇ ਕਵਿਤਾਵਾਂ ਲਿਖਦਾ ਸੀ। ਸਿਰਫ ਜਾਣਕਾਰੀ ਹਿੱਤ ਉਸਦੀ ਕਵ ਕਲਾ ਦਾ ਇੱਕ ਨਮੂਨਾ ਦੇਣਾ ਚਾਹਾਂਗਾ। ਖਾ ਖਾ ਕੇ ਡਾਲਡਾ ਗਲਾ ਪੱਕ ਗਿਆ ਏ, ਕਰਨੀ ਏ ਗਿਆਨੀ ਪਾਸ ਵਕਤ ਗਲ ਗਿਆ ਏ, ਨਾ ਕੋਈ ਮੇਰੇ ਪਿੰਡੋਂ ਆਵੇ ਨਾ ਕੋਈ ਪਿੰਡ ਜਾਵੇ, ਇਹੋ ਮੇਰੀ ਬਾਤ ਹੈ। ਅਤੇ ਇਸੇ ਸੀਨੀਅਰ ਕਵੀ ਦੇ ਮੂੰਹੋਂ ਇੱਕ ਦਿਨ ਮੈਂ ਸ਼ਿਵ ਕੁਮਾਰ ਦਾ ਨਾਂ ਸੁਣਿਆ। ਉਹਨੇ ਮੈਨੂੰ ਭਰੋਸੇ ਵਿੱਚ ਲੈ ਕੇ ਆਪਣੇ ਦਿਲ ਦਾ ਭਾਰ ਹੌਲਾ ਕਰਨ ਲਈ ਮੇਰੇ ਨਾਲ ਅਦਬੀ ਸਿਆਸਤ ਦਾ ਇੱਕ ਬਹੁਤ ਵੱਡਾ ਰਾਜ ਸਾਂਝਾ ਕੀਤਾ। ਕਹਿਣ ਲੱਗਾ, ਵੇਖ ਭੂਸ਼ਣ, ਤੈਨੂੰ ਪਤਾ ਹੈ ਕਿ ਮੈਂ ਕਿੰਨੀ ਦੇਰ ਤੋਂ ਲਿਖ ਰਿਹਾ ਹਾਂ। ਮੈਂ 30 ਸਿਹਰੇ ਅਤੇ 23 ਸਮੱਸਿਆਵਾਂ ਲਿਖ ਚੁੱਕਾ ਹਾਂ। ਫਿਲਮੀ ਕਲਮੀਆਂ ਵਿੱਚ ਮੇਰੀ ਹਰ ਮਹੀਨੇ ਸਮੱਸਿਆ ਛਪਦੀ ਹੈ। ਹਰ ਨਵੀਂ ਤਰਜ਼ 'ਤੇ ਮੈਂ ਗੀਤ ਲਿਖਿਆ ਹੈ। ਮੇਰੀਆਂ ਛਪੀਆਂ ਚੀਜ਼ਾਂ ਤੂੰ ਸਾਡੇ ਘਰ ਵੇਖੀਆਂ ਹੀ ਹੋਣਗੀਆਂ। ਮੈਂ ਸ਼ੀਸ਼ਿਆਂ ਵਿੱਚ ਮੜਾ ਮੜਾ ਕੇ ਕੰਧਾਂ ਭਰੀਆਂ ਹੋਈਆਂ ਹਨ। ਇੱਕ ਗੱਲ ਦਾ ਦੁੱਖ ਹੈ ਕਿ ਕਵਿਤਾ ਰਸਾਲੇ ਨੂੰ ਮੈਂ 20 ਵਾਰੀ ਕਵਿਤਾ ਭੇਜੀ ਹੈ, ਉਹ ਹਰ ਵਾਰ ਮੋੜ ਦਿੰਦੇ ਨੇ। ਪਰ ਬਟਾਲੇ ਦਾ ਕੋਈ ਸ਼ਿਵ ਕੁਮਾਰ ਹੈ, ਉਹਦੀ ਕਵਿਤਾ ਹਰ ਵਾਰ ਪਹਿਲੇ ਸਫ਼ੇ 'ਤੇ ਛਪਦੀ ਹੈ। ਪਤਾ ਨਹੀਂ ਬਲੱਗਣ ਨੂੰ ਉਹਨੇ ਕੀ ਦਿੱਤਾ ਹੋਇਆ ਹੈ, ਜ਼ਰੂਰ ਉਹ ਪੈਸੇ ਦਿੰਦਾ ਹੋਵੇਗਾ ਜਾਂ ਉਹਦੀ ਕੋਈ ਉਸ ਨਾਲ ਰਿਸ਼ਤੇਦਾਰੀ ਹੋਵੇਗੀ, ਨਹੀਂ ਤਾਂ ਉਹਦੀਆਂ ਨਜ਼ਮਾਂ ਕੋਈ ਮੇਰੇ ਨਾਲੋਂ ਚੰਗੀਆਂ ਤਾਂ ਨਹੀਂ ਹੁੰਦੀਆਂ।
पर कोई नहीं, समा पा के पता लग जाएगा कि कौन वड्डा है, कौन वड्डा शहर है। तू वेखदा रही। मैं उदा इस गलों एहसानमंद हाँ कि मेरी सोच के किसी खाने विच उसने शिव की जिज्ञासा पैदा कर दिती सी। 1963 विच मैं थोड़ी देर बटाले नौकरी की। स्टेट बैंक विच मैं सिर्फ उन्हू वेखण ही आंदा रहा। कदी मैं उसनू किसी कारखाने दियां पौड़ियां चढ़दे वेखदा, कदे रिक्शे दे विच सवार होके सड़क तो लंघदिया वेखदा। मैं सिर्फ वेखदा सां, बुलाउण दा हीला नहीं सी पैंदा। पढ़िया मैं अजे तक उसनू कुछ भी नहीं सी, पर यह पता लग चुका सी कि वह वड्डा कवि है। कुछ अपने इलाके का मोह भी कम करता सी। एक दो बार उसनू कवि दरबारां विच सुनिया ते खिच होर भी वध गई। मेरी जिंदगी दी उदों तक कोई वड्डी तो वड्डी इच्छा यह सी कि एक बारी शिव कुमार नाल हाथ जरूर मिलाउणा है। बस इस तों वध के मैं कदे कुछ नहीं सी सोचिया। 1964 विच मैनू चंडीगढ़ नौकरी मिल गई। इत्थों दियां साहित सभावां विच जाणा शुरू कीता। उम्मीद नालों वध आद मिलदी सी। मैं आकड़िया फिरदा सां। हाँ, चंडीगढ़ जाण मगरों दौर शुरू होया निठ के पंजाबी साहित पढ़न दा। यह दौर शुरू होया अमृता प्रीतम तो, मोहन सिंह तो, शिव कुमार दी लूणा तक। शिव ने इन्ना ज़्यादा असर हेठ सां कि उस बारे लम्मी चौड़ी कविता लिख धरी। एक आया पीड़ा वाला, खुशखत करके दो तीन नकलां तैयार कीतियां, एक शिव नूं भेज दित्ती, दूजी कविता रसाले नूं। बलगण होरां छाप दित्ती। बड़ी पुठी सिद्धी प्रतिक्रिया हुई, पर इस नाल बहुत सारे स्थापक लेखकां मेरे वापस बन गए। डेरा बाबा नानक विच एक बजुर्ग शहर रहिंदा है। उदों तक मैं उसनू सिर्फ रेडियो तों सुनिया सी, जां कंधां ते उसदे इश्तिहार पढ़े सन कि उह CPI दी टिकट ते विधानसभा दी चोण लड़ रहा है। मैं उसनू काफ़ी वड्डा कवि समझदा सां। उसकी चिट्ठी आई, उसका कहना सी कि कविता बिजली कविता पढ़ के उसने समझिया कि ध्यानपुर का कोई मुंडा चदाई हो गया है। उसने मैनू संभालन की कोशिश की, दसिया कि शिव कवि बिल्कुल नहीं, एवें गौन दे सिर ते वाह वाह खट्टी जा रहा है। नाले ये भी दसिया कि वह बहुत कवितावां दूजे कवियों तो लिखवा के पढ़ता है, आप नहीं लिखता। सब तो वड्डी उसकी टिप्पणी यह सी कि जिहो जिही कविता शिव बारे मैं लिख के छपवाई है, इहो जिही शिव आप दूसरा जन्म लैके भी नहीं छाप सकता। यह चिट्ठी मेरी प्राप्ति सी ते मैं हुण तक संभाल के रखी हुई है। दूजे, मैनू सूबा सिंह ने कहा कि इहो जिहियां कवितावां जिउंदे कवियां बारे नहीं लिखी दियां। मैनू इन्हां हदायतां दी समझो कोई समझ ना आई। हर एक प्रतिक्रम मेरे मन उत्ते उकरे गए। इस तों इलावा भी कई होरना ने जबानी मेरी इस गलती की निखेधी की, पर गलती तो हो चुकी सी ते हुण वापस नहीं सी लई जा सकती। इसलिए मैं चुपचाप सिलसिला जारी रखिया ते शिव दियां होर किताबां पढ़दा रहा। लूणा मैं एक बार पढ़ी ते कईआं नूं पढ़ाई। इसे वक्फे दौरान शिव तीन बार चंडीगढ़ कविता पढ़न आया। एक बार नहरू पार्क विच, दूजी बार यूनिवर्सिटी के ला ऑडिटोरियम विच, ते तीजी बारी गुरु गोबिंद सिंह कॉलेज विच। ये तिन्ने मुशायरे कड़कदी सर्दी विच होए ते मैं तिन्ने सुन जांदा रहा। एक बार भी मुलाकात करन दा ही आना पिया। सिर्फ इन्ना याद है कि एक चिट्ठी शिव कुमार दी आई सी अनारकली बटाले तो। उस लिखिया सी कि जे कितें पिंड दा चक्कर लगे तो उसनूं जरूर मिला। अनारकली उस इलाके का नाँ है जिथे शिव किराए के मकान ते रहिंदा सी। ये जगह BCU काली दे बिल्कुल सामने खेतों में सी, शहर तो ऐन बाहर। पहली बारी मैं ये मकान में शिव कुमार नूं हिम्मत करके मिल गया सा। ये वार्ता 1966 दी है। बड़ी यकोदकी विच मैं उहदे घर गया। बाहर उसका छोटा भरा सुभाष फुल्लां नूं पानी दे रहा सी।
ਜਦੋਂ ਮੈਂ ਅੰਦਰ ਗਿਆ ਤਾਂ ਭਚੱਕਾ ਜਿਹਾ ਰਹਿ ਗਿਆ। ਇੰਨੀ ਖੂਬਸੂਰਤੀ ਨਾਲ ਸਜਿਆ ਹੋਇਆ ਕਮਰਾ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਸੀ। ਸੋਫੇ, ਕਲੀਨ, ਪੇਂਟਿੰਗਸ ਅਤੇ ਸਜਾਵਟ ਦਾ ਹੋਰ ਸਾਜੋ ਸਮਾਨ ਮੇਰੀ ਕਲਪਨਾ ਤੋਂ ਬਾਹਰ ਦੀ ਗੱਲ ਸੀ। ਤਾਂ ਇਹ ਸੀ ਸ਼ਿਵ ਕੁਮਾਰ ਬਟਾਲਵੀ ਦੇ ਕਿੱਸਿਆਂ ਵਿੱਚੋਂ ਇੱਕ ਕਿੱਸਾ, ਜੋ ਕਿ ਉਹਨਾਂ ਦੇ ਦੋਸਤ ਭੂਸ਼ਣ ਧਿਆਨਪੁਰੀ ਦਾ ਉਹਨਾਂ ਦਾ ਲਿਖਿਆ ਹੋਇਆ ਹੈ। ਇਸ ਦੇ ਅਗਲੇ ਹਿੱਸੇ ਆਪਾਂ ਲਗਾਤਾਰ ਲੜੀਵਾਰ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਅੱਜ ਵਾਲੇ 'ਚ ਇੰਨਾ ਹੀ। ਵੀਡੀਓ ਨੂੰ ਤੁਸੀਂ ਚੰਗਾ ਪਿਆਰ ਦੇ ਰਹੇ ਹੋ, ਉਹਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਉਡੀਕ ਕਰਦੇ ਹੋ, ਸੁਣ ਕੇ, ਪੜ੍ਹ ਕੇ, ਕਮੈਂਟ ਪੜ੍ਹ ਕੇ ਖੁਸ਼ੀ ਹੁੰਦੀ ਹੈ। ਇੱਦਾਂ ਹੀ ਪਿਆਰ ਬਰਕਰਾਰ ਰੱਖਿਓ। ਇਸ ਦੇ ਅਗਲੇ ਕਿੱਸੇ ਲੈ ਕੇ ਜਲਦੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਜੁੜੇ ਰਹੋ ਪੰਜਾਬੀ ਸਾਹਿਤ ਨਾਲ, ਅਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰਨ ਦੀ ਖੇਚਲ ਜ਼ਰੂਰ ਕਰ ਲੈਣੀ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।